ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਅਤੇ ਪਰਿਵਾਰ 'ਚ ਬਹਿ ਕੇ ਨਾ ਦੇਖੋ, ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ। ਇਹ ਵੀਡੀਓ ਛੜੇ ਸੰਟਾਂ ਅਤੇ ਮੰਡੀਰ ਵਾਸਤੇ ਆ, ਨਜ਼ਾਰੇ ਲੈਣ ਵਾਸਤੇ ਆ। ਸਾਡਾ ਕਿਸੇ ਵੀ ਧਰਮ ਨਾਲ, ਕਿਸੇ ਵੀ ਜਾਤ ਪਾਤ ਨਾਲ, ਕਿਸੇ ਵੀ ਵਿਅਕਤੀਗਤ ਨਾਲ ਕੋਈ ਸੰਬੰਧ ਨਹੀਂ, ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ। ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ। ਅੱਜ ਤਾਂ ਫਿਰ ਲਾਈਟ ਜਿਹੀ ਆਵੇ ਹੈ, ਅੱਜ ਨਹੀਂ ਆਉਂਦੀ ਚਾਹਿਆ, ਕੱਲ ਤੇ ਗੱਲ ਗਈ ਬਸ ਜਿਹੜੀ ਆਉਣੀ ਸੀ ਆ ਗਈ, ਏਦੂ ਬਾਅਦ ਨਹੀਂ ਆਉਂਦੀ ਨਾ, ਏਦੂ ਬਾਅਦ ਹੱਥ ਖੜੇ ਆ। ਇਹ ਕੀ ਗੱਲ ਬਣੀ? ਲਾਈਟ ਦੇ ਵੀ ਆਪਦੇ ਵੀ। ਅੱਛਾ, ਹਾਂ ਹੋਰ ਤਾਂ ਖਰ ਕਈ ਦਿਨ ਗਏ ਤੁਰੇ ਫਿਰਦਾਂ ਨੂੰ, ਤੇਰੇ ਕਿਹੜਾ ਸਾਰੇ ਆ? ਹੋਰ ਤਾਂ ਨੀਂਦ ਇਹਨੇ ਗਾਏ ਆ ਨਾ ਕਈ ਦਿਨਾਂ ਦੇ। ਹਾਂ, ਗਾਸ਼ਤੀਆਂ ਕਿਹੜਾ ਸੌਖੀਆਂ ਲਾਉਣੀਆਂ, ਤਾਂ ਤੂੰ ਤਕੜਾ ਸੀ ਜਵਾਨ ਜਿਹੜਾ ਕੱਟ ਗਿਆ ਭਾਈ, ਐਵੇਂ ਕਹੀਏ ਹੋਰ ਬੰਦਾ ਹੁੰਦਾ ਤਾਂ ਬਚਾ ਲਓ, ਭਾਈ ਦਾ ਗਰੰਟੀ ਆ, ਭਾਈ ਦਾ ਜਮਾ ਭਾਈ ਦਾ ਲਾ ਜ਼ਰੂਰ। ਹਾਂ ਭੈਣ ਦੇ ਯਾਰ, ਇਹਨੇ ਚੱਕਰ ਜਿਹਾ ਕਾਹਦਾ ਹੋਏ ਤਾਇਆ, ਇਹ ਤਾਂ ਮੈਨੂੰ ਲੱਗਦਾ ਨਾਲੀ ਟੁੱਟ ਗਈ ਹੋਏ, ਨਾਲੀ ਟੁੱਟ ਗਈ ਮੇਰਾ ਤਾਇਆ। ਮਨ ਗੱਲ ਹੋਏ, ਲਾਲ ਪਾਣੀ ਆ, ਨਾਲੀ ਟੁੱਟ ਗਈ ਕੰਜਰ ਜਿਹਾ, ਉਹੀ ਆ ਤਾਇਆ, ਨਾਲੀ ਟੁੱਟ ਗਈ। ਮੈਨੂੰ ਐਂ ਲੱਗਦਾ ਯਾਰ ਪਿੰਡ ਡੁੱਬੂ, ਕਿਸੇ ਨੂੰ ਪਤਾ ਹੀ ਨਹੀਂ ਹੋਣਾ ਯਾਰ। ਗੱਲ ਸਹੀ, ਆਪਾਂ ਕਿਸੇ ਬੰਦੇ ਨੂੰ ਤਾਂ ਦੱਸ ਗਏ ਤਾਇਆ, ਹੋਏ ਸ਼ੇਖਰ ਗੁਰਦੁਆਰੇ ਹੀ ਬੁਲਾ ਦਈਏ ਵੀ ਐਂ ਕਰਕੇ ਦਰਿਆ ਟੁੱਟ ਗਿਆ ਕਿ ਨਹੀਂ, ਪਾਣੀ ਮਤਲ ਚੜਾ ਚਾਹੇ ਤਾਂ ਹਜੇ ਉੱਟਾ ਮੰਨਦਾ ਮਾੜਾ ਜਿਹਾ ਪਿੰਡ ਦਾ, ਮੰਨ ਗਿਆ ਗੱਲ, ਜੋੜੇ ਜਾ ਲਾ ਜੋੜੇ, ਕਈ ਵਾਰੀ ਪਰਵਾਟੇ ਚ ਜਾ ਡਿੱਗਦਾ ਬੰਦਾ, ਕੁਛ ਨੀ ਹੁੰਦਾ ਚਾਹ, ਮੈਂ ਤਾਂ ਕਹਿੰਦਾ ਧੱਕ ਦੇਣੀ ਆ ਮਰੂਦਾਂ ਦੀ ਰੇਹੜੀ, ਧੱਕ ਤਾਂ ਦੇਊਂ ਝੱਲੀ ਕਿ ਨਹੀਂ ਜਾਣੀ, ਜਰਾਂ ਥੋੜੀ ਯਾਰ ਨਾ ਜਾਣੀਆਂ ਯਾਰ, ਪੈਰ ਛਿਲਕ ਜੇ ਮੈਂ ਤਾਰੂ ਨੀ, ਹਾਂ ਉਹੀ ਗੱਲਾਂ ਫਿਰ ਮੈਂ ਫੜੂ ਕਿਵੇਂ, ਐਂ ਕੁਛ ਨੀ ਹੁੰਦਾ ਚਾਹ, ਪਾਣੀ ਡੂੰਘਾ ਆਈ ਜਾਂਦਾ, ਮੈਂ ਤਾਂ ਕਹਿੰਦਾ ਬੰਦਾ ਬੁਲਾ ਲੈਂਦਾ ਕੋਈ, ਦੇ ਦੂਏ ਤੇ ਬੁਲਾ ਲੈਂਦਾ ਤੈ ਓਏ। ਹਾਂ ਵੀ ਦਵਾ ਦਵ ਕਰਾਹੇ ਲੈ ਕੇ ਤੇ ਕਈਆਂ ਕਵਾੜੀਆਂ ਹਨਾ, ਨਾਲੀ ਤਾਂ ਗਈ ਤੈ ਮੈਨੂੰ ਲੱਗਦਾ ਹਨਾ, ਗਈ ਭਾਈ ਟੁੱਟ ਗਿਆ ਬੰਨ ਮਗਰੋਂ ਬਾਲਾ, ਦੱਸ ਦੇ ਸੀ ਜਲ ਥਲ ਕਹਿੰਦੇ ਦਰਿਆ ਤੋੜਤੇ। ਗੱਲ ਤੇਰੀ ਸਹੀ ਆ ਤਾਇਆ, ਉਹ ਤੇ ਆਇਆ ਸੀ ਉਹ ਤੈਨੂੰ ਫੋਨ ਤੇ, ਤੈਨੂੰ ਦੱਸਿਆ ਨੀ ਮੈਂ 500 ਰੇਡੂਆ ਲਾ ਰੱਖੀ ਖੇਤ, ਮੈਂ ਕਿਹਾ ਪਾਣੀ ਆ ਗਿਆ ਮਗਰੋਂ। ਹਾਂ ਗੱਲ ਤੇਰੀ ਸਹੀ ਆ, ਤਾਇਆ ਡੂੰਘਾ ਹੋਈ ਜਾਂਦਾ, ਉਹ ਤਾਂ ਮੈਨੂੰ ਐਂ ਲੱਗਦਾ ਵੀ ਪਾਣੀ ਪਿੰਡ ਸੀ ਡੋਬੂ ਹੋ ਯਾਰ। ਗੱਲ ਤੇਰੀ ਸਹੀ ਆ ਤਾਇਆ, ਕਿਵੇਂ ਕਰਨਾ ਹੁਣ ਫਿਰ ਬਜਾਜੀਏ ਰੇਡੂਏ ਚ, ਭਾਈ ਅੱਛਾ ਰੇਡੂਏ ਚ ਬੁਲਾ ਫਿਰ ਕੋਈ 10 ਬੰਦੇ ਵੀ ਆਪ ਦੇ ਇਕੱਠੇ ਕਰਕੇ ਭਾਈ, ਇੱਥੇ ਮਿੱਟੀ ਲੱਗ ਗਏ ਗੱਟੇ ਭਰ ਕੇ, ਅੱਛਾ ਕੰਮ ਕਰ ਬੰਦੇ ਕਹੇ ਆਪਾਂ, ਬੰਦੇ ਕਹੇ ਆਪਾਂ, ਇੱਕ ਦੋ ਦੋ ਹੀ ਗਏ ਨਾ ਜਾਣੀਏ ਕਿੱਥੇ ਡੁੱਬ ਜਾਈਏ, ਜੇ ਮੈਂ ਡੁੱਬ ਗਿਆ ਹਾਂ ਤਾਂ ਘਰੇ ਜਾ ਕੇ ਗੱਲ ਨਾ ਕਰੀ, ਠੀਕ ਆ, ਜੇ ਤੂੰ ਡੁੱਬ ਗਿਆ ਮੈਂ ਨੀ ਕਰਦਾ, ਮੈਨੂੰ ਤਾਂ ਕੱਢ ਲਈ, ਕੱਢ ਤਾਂ ਲਊ ਜੇ ਨਾ ਜਾਣੀਏ ਤਿਰ ਗਿਆ ਧੱਕੇ ਨਾਲ ਪਰਵਾਟੇ ਚ, ਠੀਕ ਆ ਵੀ ਗੱਲ ਨੀ ਕਰਨੀ ਬਸ, ਜਮਾ ਹੀ ਕਰਦੇ ਬੰਦੇ ਦੀ ਬੇਇੱਜ਼ਤੀ ਹੋ ਜਾਂਦੀ, ਅਗਲਾ ਕਹਿੰਦਾ ਫੜੀ ਨੀ ਗਿਆ ਜੇ ਡੁੱਬ ਗਿਆ, ਚੁੱਪੀ ਕਰਜੇ ਚੰਗਾ, ਸਹੀ ਆ ਗੱਲ ਤਾਇਆ, ਨਾਲੇ ਅਗਲਾ ਨੌ ਧਰ ਦਿੰਦਾ ਚੱਲ ਤਾਇਆ, ਰਸਕੀ ਲਈ ਹੈ ਸਰ ਤੇਰੀ ਗੱਲ ਪੱਕੀ ਜਾਵੇ, ਮਾੜੀ ਜੀ ਛੋਟੀ ਮੂਹਰੇ ਰੱਖ, ਛੋਟੀ ਛੋਟੀ ਤਾਂ ਅੱਗੇ ਆ ਜੇ, ਪਾਣੀ ਡੋਬੂ ਆ ਪੂਰਾ ਡੂੰਘਾ, ਭਾਈ ਨੂੰ ਛੱਲ ਆ ਕੇ ਛੱਲ, ਮੈਂ ਤਾਂ ਕਹਿੰਦਾ ਮੋਟਾ ਤਾਇਆ ਓਏ, ਲੰਘੂ ਪਾਰ ਕਦੇ ਜੱਟ ਪੁੱਠਾ ਨੀ ਮੁੜਦਾ, ਇਹ ਤੈਨੂੰ ਕਿਹਾ ਮੈਂ ਕਹਿੰਦਾ ਜੱਟ ਤੇ ਸਨ ਪੁੱਠਾ ਨੀ ਮੁੜਦੇ, ਉਹਦਾ ਮਰ ਭਵਾਂ ਦੀ ਜਾਨ, ਉਹ ਤਾਇਆ ਗਲਤ ਕਹੀ ਹੈ ਕੰਮ, ਆਪਾਂ ਤਾਰੂ ਦੇਖ ਭਵਾਂ ਦੀ ਜਮਾਂ ਨੀ ਗੱਲ ਕਰ, ਕੋਈ ਦੇਖਦਾ ਹੋਇਆ ਭਰਾਵਾ ਬੇਇੱਜ਼ਤੀ ਆ, ਮਗਰ ਤਾਂ ਨੀ ਮੁੜਦਾ, ਕੰਮ ਵਧੀ ਜਾਂਦਾ ਬਾਅਦ ਤਾਂ ਹੁਣ ਕਿਹਾ ਹੀ ਦੇਖੀ ਜਾਊ ਜਾਰੀ ਬਣੂ ਪਿੱਛੇ ਨਾ ਮੁੜੀ, ਮੇਰਾ ਸ਼ੇਰ ਜੇ ਮੇਰੇ ਤੇ ਗਿਆ ਤਾਂ ਪਿੱਛੇ ਨਾ ਮੁੜੀ, ਜਮਾ ਜਮਾ ਛੇ ਜਾ ਕੇ ਮੁੜਾਂਗੇ, ਹੋਰ ਦੱਸ ਹੋ ਜਾ।
ਜਰਦਾ ਲੜ ਗਈ ਜੋੜੇ ਫੜ ਮੇਰੀ ਪੜਿਆ ਕਰਕੇ ਮੈਂ ਕੀ ਕਰਾਂ ਪੜਾਉਣਾ ਹੁਣ ਮੈਨੂੰ ਲੱਗਦਾ ਮੈਂ ਡੁੱਬੂ ਨਹੀਂ ਡੋਹੀ ਨਹੀਂ ਡੁੱਬਦਾ ਉਦੋਂ ਤਾਂ ਲੰਘ ਜਾਂਗੇ ਮਤਲਬ ਵੀ ਜੇ ਡੁੱਬ ਜਗੇ ਬਾਈ ਚਾਂਸ ਜਰਦਾ ਤਾਂ ਲੱਗਿਆ ਹੋਵੇ ਮੇਰੇ ਬੁਰਕ ਭਰ ਲਾ ਕੀ ਜਰਦਾ ਮੇਰਾ ਨੀਂਦ ਜਗਾਂਗੇ ਮੇਰਾ ਨੀਂਦ ਜਮੇ ਨੀ ਕੱਟੀ ਦੀ ਜਰ ਮੈਂ ਤੇਰੇ ਨਾਲ ਹੀ ਫਿਰਦਾ ਤੂੰ ਤਾਂ ਫਿਰਦਾ ਪਰਾਉਣਿਆ ਕਹਿੰਦਾ ਉਹ ਜੀ ਦੀ ਪੂਰੇ ਦੇ ਅੰਦਰ ਖੌਰੇ ਕੀ ਪਾਉਣ ਪਤੰਦਰ ਗੂਠੇ ਨਾਲ ਰਗੜ ਤਲੀ ਤੇ ਗੱਡੀ ਆ ਜਾਂਦੀ ਲੀ ਤੇ ਪਤਾ ਨੀ ਤਲੀ ਤੇ ਪਟਕ ਆ ਜਾ ਪਾਉਂਦਾ ਨੀ ਜਰਦੇ ਬਿਨ ਮਰਦਾ ਗਾਣਾ ਲਾ ਦਿਆ ਹਨਾ ਗਾਣੇ ਤੈਨੂੰ ਪਤਾ ਪੁਰਾਣੇ ਤਾਰੂ ਤਾਂ ਮੈਂ ਪੂਰਾ ਐ ਕਰ ਜੇ ਤੈਨੂੰ ਲੱਗਦਾ ਡਰ ਮਗਰ ਮੱਛ ਹੋਵੇ ਏਡਾ ਪਾਣੀ ਆ ਜਲ ਥਲ ਮੈਂ ਹੋਰੋਂ ਕਹਿਣਾ ਮੈਂ ਮਾੜਾ ਮੋਟਾ ਜਾਣ ਕਰ ਮੈਂ ਤਰਦਾ ਤੂੰ ਚੇ ਬਹਿ ਜਾ ਫਿਰ ਤੂੰ ਆਖੇਗਾ ਤਾਏ ਨੇ ਡਬੋਤਾ ਜੇ ਡੁੱਬ ਗਿਆ ਘਰੇ ਜਾ ਕੇ ਗੱਲ ਨਾ ਕਰੀ ਵੀ ਮੈਂ ਤਾਏ ਨੇ ਡਬੋਤਾ ਨਹੀਂ ਕਰਦਾ ਠੀਕ ਆ ਨਾ ਫਿਰ ਕਿਤੇ ਉਹੀ ਗੱਲ ਕਰਦੇ ਡੁੱਬ ਗਿਆ ਤੇ ਘਰੇ ਜਾ ਕੇ ਦੱਸੀ ਜਾਵੇ ਐ ਕਰ ਜੋ ਜੇ ਫਿਰ ਤੈਨੂੰ ਡਰ ਲੱਗਦਾ ਮੂਹਰੇ ਲੱਗ ਜਾ ਬਿੰਦਕ ਨੂੰ ਐ ਨਾ ਕਹੀ ਵੀ ਤਾਏ ਨੇ ਕਿਹਾ ਨੀ ਜਵਾਕ ਮਤਲਬ ਜਿਆਦਾ ਪੜ੍ਹਾਈ ਚ ਹੁਸ਼ਿਆਰ ਹੋਵੇ ਓਹਨੂੰ ਮਤਲਬ ਕੀ ਮਿਲਦਾ ਹੁੰਦਾ ਕੀ ਮਿਲਦਾ ਹੁੰਦਾ ਵੀ ਬਾਲਾ ਹੁਸ਼ਿਆਰ ਹੋਵੇ ਪੜ੍ਹਾਈ ਚ ਓਹਦਾ ਮਤਲਬ ਦਿੰਦੇ ਹੁੰਦੇ ਆ ਕੁਛ ਖੋਨੀ ਕੀ ਕਹਿੰਦੇ ਓਹਨੂੰ ਯਾਰ ਬੰਦੇ ਇਕੱਠ ਜਾ ਕਰਕੇ ਨੀ ਅੱਗੇ ਭਾਈ ਸਹਾਰਾ ਆ ਕਿਹਨੂੰ ਸਨਮਾਨਤ ਕਰ ਦਿੰਦੇ ਸਨਮਾਨਤ ਸਾਡੇ ਪਿੰਡ ਦਿਆਂ ਨੂੰ ਕਰਾ ਯਾਰ ਕਿਤੇ ਔਖਾ ਸੌਖਾ ਆ ਦੇਣ ਜਿਹੜੀ ਪੰਜਾਬ ਨੂੰ ਦੇ ਰਹੇ ਦੇ ਨੀ ਸਕਦਾ ਕੋਈ ਸੂਬਾ ਕਿਵੇਂ ਚਾਹ ਗੱਲ ਤਾਂ ਦੱਸ ਬਸ ਜਿਹੜੇ ਦਰਿਆ ਚ ਖੜੇ ਆਏ ਜਾਣ ਵੀ ਪਿੰਡ ਦੀ ਦੇਣ ਹਾਂ ਭੈਣ ਦੀ ਲੰਨ ਦਿੱਤਾ ਪਿਆ ਐਵੇਂ ਜੁਕਰੀ ਸਾਰੇ ਪਿੰਡਾਂ ਨੂੰ ਬੇਨਤੀ ਐ ਕਿਰਪਾ ਕਰੋ ਹੈ ਦਰਿਆ ਬਣਾਓ ਹੈ ਨਾ ਹਾਂ ਹਾਂ ਵੀ ਬੰਨੋ ਬੰਨ ਲਓ ਜਿਵੇਂ ਹੁਣ ਲਾ ਲਾ ਦਰਿਆ ਟੁੱਟ ਗਿਆ ਪਾਣੀ ਦੇਖ ਲਾ ਪਿੰਡ ਤੋਂ ਬਾਹਰ ਖੜਾ ਅੰਦਰ ਨੀ ਬੜੂ ਪਿੰਡ ਦੇ ਬੂੰਦ ਨਾ ਇਹ ਚੀਜ਼ਾਂ ਹੁੰਦੀਆਂ ਸਮੱਸਿਆ ਨਾਲ ਬਿਮਾਰ ਦੋ ਚੈਤੀ ਮਸਲੇ ਹੈ ਮਾਰ ਦੋ ਦੁਨੀਆ ਮਾਰ ਦੋ ਮਾਰ ਦੋ ਇਹ ਤਾਂ ਐ ਕਰਕੇ ਤੇ ਅੱਗੇ ਵਧੀ ਜਾਂਦਾ ਪਾਣੀ ਪਿਆਉਣਿਆ ਤੇਜ ਹੋ ਗਿਆ ਓਏ ਤੇਜ ਹੋ ਜਾਂਦਾ ਇਹ ਤਾਂ ਕਿਤੇ ਤੜਕੇ ਜਾ ਕੇ ਸਟੀਮ ਦੇ ਪੇਸ਼ ਹੋਣਾ ਵੀ ਕਿਸ਼ਤੀ ਲਾਗੂ ਕਰਦੇ ਜੇ ਕਿਤੇ ਫੋਟੋ ਲਾ ਲਈਏ ਸਕੂਲ ਵਾਲੇ ਜਵਾਕਾਂ ਨੂੰ ਖਤਰਾ ਜੀ ਜਾਨੀ ਮਾਲੀ ਪੂਜਾ ਖਤਰਾ ਕਲਾਸਾਂ ਚ 80 ਜਵਾਕ 40 ਰਹਿ ਜਾਣ ਪੜਾਉਣਿਆ ਜਾਣ
ਬਸ ਜਿਵੇਂ ਘਰੋਂ ਹਰੇਕ ਦੇ ਬੁੰਡ ਚ ਪੈਂਦੀਆਂ ਉਵੇਂ ਲੱਤਾਂ ਚ ਮੱਛੀਆਂ ਵੱਜੀ ਜਾਂਦੀਆਂ ਮਤਲਬ ਇਹਨਾਂ ਦੇ ਤਾਂ ਬੁੰਡ ਤੇ ਪਈ ਜਾਂਦੀਆਂ ਹਾਂ ਇਹਨਾਂ ਦੇ ਵੀ ਪੈਂਦੀਆਂ ਕੋਈ ਪਰਿਵਾਰ ਬਣੀਆਂ ਮਤਲਬ ਬੱਲੇ ਕਿਹੜਾ ਕੱਦੂ ਮੈਂ ਕਹਿੰਦਾ ਵੀ ਅੱਲਾ ਵੀ ਨੀ ਰੀਸ ਕਰਦੀਆਂ ਕੱਦੂ ਭਾਲਦਾ ਉਹ ਕੱਦੂ ਅੱਲਾ ਨੀ ਪਾਉਣੇ ਹੋਰ ਦੂਜਾ ਕੱਦੂ ਕਹਿੰਦਾ ਧੋਨੇ ਵਾਲਾ ਇਹ ਮੈਨੂੰ ਰੇਟ ਦੱਸੀ ਗਿਆ ਬਹੁਤ ਪਿੰਡ ਡੁੱਬਿਆ ਪਹਿਲਾਂ ਬਈ ਇਹ ਆਪਣੇ ਹੋਣੀ ਸੀ ਵਾਰਦਾਤ ਹੋਣੀ ਸੀ ਗੱਲ ਜੀ ਤਾਂ ਮੈਂ ਵੀ ਪਾਣੀ ਆਊਗਾ ਟੈਲੀਫੋਨ ਇਹ ਤਾਂ ਪੈਜੈਂਟ ਹੋ ਜਾਏ ਚੰਗੇ ਰਹੇ ਨਹੀਂ ਤਾਂ ਮਤਲਬ ਡੁੱਬ ਗਿਆ ਆਪਾਂ ਬੰਦਾ ਚੱਕੀਏ ਕੋਈ ਜਿਹੜਾ ਆਪਣੇ ਨਾਲ ਚੱਲ ਸਕੇ ਗੁਰੂ ਘਰ ਆਪਾਂ ਨੂੰ ਤਾਂ ਨਾ ਤਾਂ ਮਤਲਬ ਅਗਲਾ ਖੂ ਅੰਬਲੀ ਭੰਗੀ ਜੇ ਬੰਦੇ ਨਾ ਤੈਨੂੰ ਤੇ ਕੋਈ ਬੰਦਾ ਹੋਰ ਉਠਾਈਏ ਵੀ ਬਾਈ ਸਾਡੇ ਨਾਲ ਚੱਲ ਪਿੰਡ ਡੁੱਬ ਗਿਆ ਪਿੰਡ ਤਾਂ ਗਿਆ ਮਦਦ ਕਰ ਸਾਡੀ ਹਾਂ ਐ ਕਰ ਫਿਰ ਹਿੰਮਤ ਨਾਲ ਚੱਲ ਚੱਲ ਮਹਾਰਾਜ ਤੂੰ ਚੱਲ ਹਿੰਮਤ ਜੀ ਤੁਹਾਡੀਆਂ ਲੱਤਾਂ ਠਰ ਗਈਆਂ ਆਕੜ ਗਈਆਂ ਥਾਏ ਓਏ ਟੈਲੀਫੋਨ ਵੀ ਨੀ ਬੁੜੀਆਂ ਕਰ ਦਿੰਦੀਆਂ ਟੈਲੀਫੋਨ ਤਾਂ ਟੈਲੀਫੋਨ ਪਰਾਉਣੇ ਹੁਣ ਭੱਜ ਗਿਆ ਹੁਣ ਘਰੋਂ ਡਰਦੇ ਸਾਰਾ ਸਮਾਨ ਪੱਕੀ ਆ ਕਿਤੇ ਹਨਾ ਵੀ ਕੁਦਰਤੀ ਆਫਤ ਦੀ ਤਪਾਹੀ ਕਾਰਨ ਨਗਰ ਹੋਇਆ ਖਾਲੀ ਉਹੀ ਤਾਂ ਗੱਲ ਆ ਕਿ ਆਪਾਂ ਦੋਨੇ ਰਹਿ ਜਾਈਏ ਇਹ ਗੱਲ ਸਿਆਣੀ ਤੇ ਮੰਜੇ ਮੰਜੇ ਕਿੱਥੇ ਫਿਰ ਆਪਾਂ ਪਾਵਾਂਗੇ ਤਾਂ ਆਪਾਂ ਤਾਂ ਫਿਰ ਨਿੰਮਤ ਹੀ ਕੱਟਾਂਗੇ ਚਾਰ ਦਿਨ ਦੇਖੀ ਜਾਊ ਪਕੜ ਚ ਆ ਗਿਆ ਸੀ ਨਾ ਭਗੌੜਾ ਹੋ ਗਿਆ ਸੀ ਪਕੜ ਚ ਕਾਂਡ ਚ ਆ ਗਿਆ ਸੀ ਵੱਡੇ ਗਾਂ ਗੱਲ ਹੋ ਜਾਂਦੀ ਮੈਂ ਭਗੌੜਾ ਰਿਹਾ ਘਰੋਂ ਲੈ ਹੋਰ ਹੁਣ ਤੁਸੀਂ ਐ ਕਰੋ ਕਿਧਰੋ ਚੁੱਕੀ ਲੈ ਜਾ ਭੱਜ ਲੋ ਜੋੜੇ ਫੜ ਲੋ ਹੱਥ ਚ ਉਥੋਂ ਬਲਾਜ ਕੇ ਸਪੀਕਰ ਚ ਪਾਣੀ ਟੁੱਟ ਕੇ ਪਿੰਡ ਨੂੰ ਆ ਵੜਿਆ ਕਿਹੜਾ ਪਾਣੀ ਟੁੱਟ ਗਿਆ ਅਸੀਂ ਨਸ਼ੇ ਪੱਤੇ ਵਾਲੇ ਬੰਦਿਆਂ ਤਾਂ ਨੀ ਜਾਂਦੇ ਜੂਠੇ ਮਿੱਠੇ ਆ ਗੁਰਦੁਆਰਾ ਸਾਹਿਬ ਬਿਠਾਓ ਬਾਬੇ ਨੂੰ ਜਾ ਕੇ ਲਾਓ ਆਪਣੇ ਪਿੰਡ ਦੇ ਨੀ ਬੰਨ ਨੀ ਲਿਆ ਰੱਖਿਆ ਉੱਥੇ ਫਿਰਨੀ ਤੇ ਹੁਣ ਲਾ ਲਾ ਮਿੱਟੀ ਉੱਥੇ ਮੂਹਰੇ ਬੰਨ ਪਾ ਰੱਖਿਆ ਮੂਹਰੇ ਸਕੂਲ ਮੂਹਰੇ ਪਾਣੀ ਖੜੀ ਜਾਂਦਾ ਪਾਣੀ ਖੜਦਾ ਪਿੰਡ ਦੀ ਕਰਤੂਤ ਆ ਘੱਗਰ ਜਿਹਾ ਹੁਣੀ ਟੁੱਟ ਕੇ ਜਦੋਂ ਪਾਣੀ ਦਾ ਬਹਾ ਜਾ ਜੇ ਹੋ ਗਿਆ ਪੇਟੀਆਂ ਚ ਹਾਂ ਮਰ ਜਾਂਦੇ ਕਮਲੇ ਦੇਖ ਜਾ
ਤੂੰ ਪਜਾਉਣਾ ਦਬਾਉਣਾ ਪਿੰਡੂ ਪਿੰਡ ਕਾਹਦਾ ਦਬਾਉਣਾ ਯਾਰ ਉਹ ਤਾਂ ਨੀਵਾਂ ਥਾਂ ਉੱਥੇ ਐਵੇਂ ਨੀਵਾਂ ਗਾ ਬਾਪੂ ਪਾਣੀ ਆਇਆ ਨੀ ਉੱਥੇ ਖੜ ਜਾਣੀ ਗੱਲ ਕਿੰਨੀ ਦੇਖ ਜਾ ਹੋਰ ਕਿੱਥੋਂ ਮਰਜ਼ੀ ਪਿੰਡ ਦੇ ਨੇ ਕਰ ਰੱਖਿਆ ਉਹਨਾਂ ਦਾ ਫਿਰ ਉਹੀ ਗੱਲ ਤੁਸੀਂ ਮਾੜੇ ਬੰਦੇ ਦੀ ਸੁਣਦੇ ਨੀ ਹੋ ਯਾਰ ਪਿੰਡ ਤੁਸੀਂ ਮੂਹਰੇ ਚੰਦ ਯਾਰ ਪਾਣੀ ਕੁਛ ਖਾਂਦੇ ਪੀਂਦੇ ਨੀ ਹੈਗੇ ਜੇ ਕਿਸੇ ਨੇ ਕੁਛ ਪੀਲੀ ਨੀ ਛੇੜੀ ਫੇਰ ਵੈਸ਼ਨੂੰ ਅੱਗੇ ਲੱਗੋ ਚੱਲ ਮਕੰਜ ਜਾਂ ਤਾਂ ਸੜਕ ਚ ਪਾਣੀ ਵੇ ਯਾਰੀ ਲਿਖ ਲੱਗ ਜਾਣੀ ਜਿੰਦ ਐਵੇਂ ਵੀ ਤੇ ਜਾਣੀ ਵੇ ਨਾਲ ਚੱਲ ਜਾਣਾ ਅਸੀਂ ਤਾਂ ਜਾਣੇ ਆਪਦਾ ਕੰਮ ਕਿੱਥੇ ਜਾਂਦੇ ਹੋ ਜਦ ਉਹੀ ਗੱਲ ਡੁੱਬੀ ਜਾਂਦਾ ਬੰਦੇ ਵਾਧੂ ਫਿਰਦੇ ਇੱਥੇ ਥੋੜੇ ਵੱਧ ਗਏ ਨਾ ਬੰਦੇ ਮਰਵਾ ਦੇ ਪਿੰਡ ਨੂੰ ਹੱਥ ਨੇ ਤਈ ਡਰਦੇ ਵੀ ਸਾਡਾ ਨਾ ਨਾ ਜੇ ਹਾਂ ਠੀਕ ਬੁਲਾਈਏ ਇਹੋ ਜੇ ਬੰਦੇ ਦਾ ਤੈ ਮਰਵਾ ਦੇ ਪਿੰਡ ਨੂੰ ਹੱਥਨ ਦੀ ਹੱਥ ਨੇ ਗੱਲ ਸਹੀ ਹੈ ਚਾਹੇ ਆ ਜਾ ਆ ਜਾ ਇਹ ਕੰਮ ਤਾਂ ਪਤਾ ਆਪਦਾ ਕਰੀਏ ਗੱਲ ਸਹੀ ਹੈ ਮਜ਼ਾ ਜਾ ਚੱਲ ਠੱਪ ਬਾਅਦ ਚ ਮਿੱਟੀ ਦੇਖ ਜੇ ਹੈਗੀ ਕਿ ਹੁਣ ਲਿਆਈਏ ਤਾਂ ਨਹੀਂ ਫਿਰ ਟਰੈਕਟਰ ਮਗਰ ਕਰਾ ਪਾ ਲਾ ਸਾਰੀ ਫਿਰਨੀ ਬੰਨ ਦੇ ਸਹੀ ਗੱਲ ਹੈ ਹਨਾ ਜਿਹੜਾ ਆ ਗਿਆ ਆਉਣਾ ਸੀ ਆ ਗਿਆ ਹਨਾ ਇਹ ਨੀ ਮੂਹਰੇ ਲੱਗਦੇ ਗੱਲ ਸਹੀ ਹੈ ਤੈ ਹੁਣ ਕਿਵੇਂ ਕਰਾਂਗੇ ਯਾਰ ਬੰਦੇ ਹੀ ਭੈਣ ਦੇ ਦੰਨ ਭੱਜ ਗਏ ਯਾਰ ਆ ਜਾ ਹਿੰਮਤ ਨਾਲ ਆ ਗਿਆ ਚੱਲ ਤੈ ਗੱਚੇ ਗੁੱਚੇ ਪਏ ਨੇ ਗੱਚੇ ਬਥੇਰੇ ਆਲੇ ਸੁੱਖ ਨਾਲ ਪਏ ਆ ਫੇਰ ਤਾਂ ਠੀਕ ਹੈ ਆਪਾਂ ਚਾਇਆ ਓਏ ਆ ਪਾਲੇ ਕਾ ਘਰ ਹਨਾ ਕਬੂਤਰ ਦਵਾ ਕੇ ਚੱਲ ਮੇਰੇ ਕੋਲੇ ਵੀ ਫੰਗ ਨੀ ਆਏ
ਤਿਆਰ ਕਰਨਾ ਯਾਰ ਤਾਇਆ, ਅੱਜ ਤਾਈ 100 ਰੁਪਿਆ ਜਿੱਤਿਆ ਕਰੇ 20 ਸਾਲ ਜਿੱਤ ਲਾਂਗੇ ਫਜਾ, ਕਿੱਡੀ ਗੱਲ ਆ ਤਾਇਆ ਯਾਰ, ਜਿੱਤ ਲੇਗਾ ਪਾਣੀ ਡੋਬਣ ਨੂੰ ਫਿਰ ਤੈਨੂੰ ਕਬੂਤਰ ਦੀ ਆ ਯਾਰ। ਓਏ ਤੈਨੂੰ ਕੀ ਪਤਾ ਯਾਰ, ਉਹ ਤਾਂ ਉੱਥੇ ਖਜਾ ਹੋਇਆ ਯਾਰ ਕੱਠਾ ਮੀਂਹ ਦਾ ਪਾਣੀ। ਪਰਲੀ ਸ਼ਹਿਰ ਮਿੱਟੀ ਲੱਗ ਗਈ, ਮਗਰਲੀ ਸ਼ਹਿਰ ਮਿੱਟੀ ਲੱਗ ਗਈ, ਲੋਕ ਮਰੇ ਨੇ ਜਾ ਤਾਇਆ। ਪਤਾ ਨੀ ਕੀ ਗੱਲ ਆ, ਅਗਲੇ ਨੂੰ ਆਇਆ ਵੀ ਸਾਡੇ ਬਾਰ ਚ ਨਾ ਅਜੇ ਪਾਣੀ, ਮਰ ਜੇ ਕੋਈ ਕੋਈ ਮਰ ਜੇ ਉਧਰ ਉੱਥੇ ਉਹ ਡੇਰੇ ਚ ਪਾਣੀ ਜਾਈ ਜਾਂਦਾ, ਸਕੂਲ ਚ ਜਾਈ ਜਾਂਦਾ, ਉਧਰ ਸਰਕਾਰੀ ਸਕੂਲ ਚ ਜਾਈ ਜਾਂਦਾ। ਜਵਾਬ ਤੈਨੂੰ ਹੋਰ ਦੱਸਦਾ। ਹਾਂ ਤਾਇਆ, ਜੇਕਰ ਫਿਰ ਤੂੰ ਖੈੜਾ ਨੀ ਛੱਡਦਾ ਕਬੂਤਰ ਨੂੰ ਤਾਂ ਕਹੀ ਜਾਂਦਾ, ਉਹਦੇ ਪਿਓ ਦਾ ਸੁਭਾਅ ਭੈੜਾ ਬਣਦਾ ਗੱਲ ਪਈ ਉਹ। ਯਾਰ ਮੈਨੂੰ ਨੀ ਪਤਾ, ਮੈਨੂੰ ਪਤਾ ਯਾਰ, ਮੇਰਾ ਭਾਈ ਆ ਮੈਂ ਜਾਣਦਾ, ਫਿਰ ਉਹ ਜਾਣ ਜਾਣ ਆਉਣਾ ਤੂੰ ਬਿੱਲੀ ਨਾਲ ਚੱਲ ਕੁਛ ਨੀ ਹੁੰਦਾ ਚਾਹ, ਕਬੂਤਰ ਚੱਲ ਚੱਲ ਮਗਰ ਪੈ ਗਿਆ ਪਤਾ ਕਹਿ ਦੇ ਲੈ ਕੇ ਆਇਆ। ਚੰਗਾ, ਮੇਰੇ ਨਾਲ ਜ਼ਿੰਮੇਵਾਰੀ ਆ, ਜ਼ਿੰਮੇਵਾਰੀ ਆ ਚਾਹ। ਮਾਰ ਬੋਲ ਪਾਲੇ ਬਾਈ, ਪਾਲੇ ਭੈਣ ਜਾ ਲੰਨਾ ਹੈ ਤਾਂ ਖੈਰ ਮੰਗਣ ਵਾਲਾ ਵੀ ਨਹੀਂ ਬੋਲਦਾ, ਹੋਰ ਕਿਵੇਂ ਮਾਰ ਬੋਲਦਾ ਉੱਚੂ। ਪਾਲੇ ਬਾਜ ਖੋਲਦਾ ਬਾਈ, ਜਦ ਜੇ ਭੈਣ ਜਾ ਲੰਨਾ ਪਿੰਡ ਤੈਨੂੰ ਚੌਂਕੀਦਾਰ ਬਣਾ ਦੇ ਤੂੰ, ਮੈਂ ਕਹਿੰਦਾ ਬੋਲ ਮਾਰ ਮਾਰੀ ਸਾਂਭ ਪੂਰੇ ਹੋ ਜਾਣ ਤੇਰੇ, ਜਿਹੜੇ ਲੋਟ ਅੰਦਰੋਂ ਬਾਜ ਮੁੱਕ ਜੇ ਤੇਰੇ, ਜਿੰਨੀ ਕੁ ਬਾਜ ਆ ਤਾਂ ਮਾਰਤੀ ਯਾਰ, ਹੋਰ ਕਿਵੇਂ ਚਿੱਤਦਾ ਨਹੀਂ ਬੋਲਦਾ। ਪਾਲੇ ਅੰਦਰ ਵੜਨ ਨਸ਼ੇ ਪੱਤੇ ਬੰਦੇ ਯਾਰ, ਜਦੋਂ ਕੋਈ ਨਸ਼ਾ ਪੱਤਾ ਲਈ ਤੁਸੀਂ ਤਾਂ ਪਿਓ ਪੁੱਤ ਜਮਾ ਨੀ ਖਾਂਦੇ ਨਾ, ਬਾਬੇ ਸਾਨੂੰ ਵਾੜ ਲਓ ਕੋਈ। ਚੱਲ ਚੱਲ ਅੰਦਰ ਚੱਲ ਨਾ ਯਾਰ, ਬਾਹਰ ਤੇ ਕਿਉਂ ਖੜਾ ਯਾਰ, ਕਬੂਤਰ ਲੈਣ ਆਇਆ। ਕਬੂਤਰ ਹੈਗੇ ਆ ਸੀ, ਇਹ ਕੋਈ ਕਬੂਤਰ ਆ ਯਾਰ, ਉੱਥੋਂ ਖੁੱਦੇ ਝੋਦੇ ਯਾਰ ਬੱਚਾ, ਕੋਈ ਮੈਂ ਨਹੀਂ ਭਾਵ ਦਿੰਦਾ, ਉਹ ਤਾਂ ਬਾਜੀ ਵਾਲੇ ਰੱਖੇ ਹੋਏ ਮੈਂ ਸਾਹਮਣੇ। ਓ ਯਾਰ ਜੇ ਜਾ ਜੇ ਇੱਕ ਮੈਨੂੰ ਦੇ ਦੇ। ਨਾ ਨਾ ਮੈਂ ਨਹੀਂ ਦਿੰਦਾ, ਓ ਜਾ ਜਾ ਅੱਤਾਂ ਲੈ ਕੇ ਜਾਵਾਂਗੇ, ਤੁਸੀਂ ਜਾਓ ਲੈ ਕੇ ਜਾਵਾਂਗੇ ਭਰਾਵਾ। ਗੋਡੇ ਗੋਡੇ ਪਾਣੀ ਜੜ ਭਿੱਜ ਕੇ ਪੈਣ ਤੇ ਗੋਟ ਪਾਣੀ ਚ ਕਿਉਂ ਵੜੇ, ਰਿਸ਼ਤਾ ਪੈ ਗਿਆ ਜੋੜਿਆਂ ਦੀ ਗੱਲ, ਤੇਰਾ ਪਿਓ ਹੈ ਨਹੀਂ ਕਰੇ ਓਏ, ਉਹ ਪਿਆ ਹੈਗਾ ਫੇ, ਹਾਂ ਉਹ ਦੇ ਉਹ ਬਾਈ ਬੰਤਾ ਸੁੱਤਾ ਪਿਆ ਤਾਂ। ਪਰਿਵਾਰ ਨੂੰ ਭੈਣ ਦੀ ਬੁੱਧੀ ਕੈਨੇਡਾ ਚੋਂ ਆਇਆ ਤੇ ਵੱਡਾ ਭੌਂਕਦਾ, ਨਹੀਂ ਕੰਮ ਆਏ ਸੀ ਅਸੀਂ ਤਾਂ ਛੋਟਾ ਜਾ, ਕੀ ਕੰਮ ਆ ਤਾਇਆ, ਕੰਜਰੇ ਦੇ ਨਾਲ ਮੈਂ ਤਾਂ ਇੱਥੇ ਆਈ ਸੀ, ਮੈਂ ਖੇਤੋਂ ਆਇਆ,
ਆਪਣੇ ਪਿੰਡ ਨੂੰ ਪਾਣੀ ਦਾ ਪਤਾ ਨੀ ਪੇਟੀਆਂ ਢਾਹਾਂ ਬੜੂ ਯਾਰ ਮਰੀ ਭਾਣ ਦਾ ਫੁੱਦਾ ਬੜੂਆ ਕਿੱਥੇ ਆ ਗਿਆ ਇੱਕ ਤਾਂ ਕਰ ਯਾਰ ਮੁੰਡੇ ਨੂੰ ਕਬੂਤਰ ਦੇ ਦਿਓ ਬਾਜੀ ਦਾ ਅੱਛਾ ਤੇ 50 ਕੁ ਗੱਚੇ ਦੇ ਉਹਦੇ ਵਾਲੇ ਖਾਲੀ ਬਾਲ ਕੇ ਡਾਲਾਂਗੇ ਪਾਣੀ ਮਗਰੋਂ ਛੱਡਿਆ ਡੈਮ ਦਾ ਤੇ ਨਾਲੀ ਟੁੱਟ ਗਈ ਬਾਹਰਲੀ ਫਿਰਨੀ ਤੇ ਆ ਵਜਿਆ ਪਾਣੀ ਤੇਰੀ ਭੈਣ ਦਾ ਫੁੱਦਾ ਟੁੱਟ ਗਿਆ ਪਿੰਡ ਨੇ ਭੈਣ ਜਾਈ ਆ ਉੱਥੇ ਪਾਣੀ ਮੂਹਰੇ ਛੋਟੇ ਛੋਟੇ ਮਿੱਟੀਆਂ ਇਕੱਠਾ ਕਰਕੇ ਖੜਾ ਤਾ ਸਕੂਲ ਦੇ ਬਾਹਰ ਗਏ ਕਿਹੜਾ ਦਰਿਆ ਆ ਗਿਆ ਮੈਨੂੰ ਪਿੰਡ ਵਾਲਿਆਂ ਦੀ ਕਰਤੂਤ ਆ ਪਾਪਾ ਮਿੱਟੀਆਂ ਉੱਥੇ ਸਕੂਲ ਦੇ ਬਾਹਰ ਕੇ ਖੜਾ ਤਾ ਵੀ ਚੱਕ ਚੱਕ ਚੱਪਲਾਂ ਟੱਪੀ ਜਾਓ ਸਕੂਲ ਨੂੰ ਇਹ ਪਿੰਡ ਦੀ ਤਰੱਕੀ ਆ ਇੱਥੋਂ ਪਤਾ ਲੱਗਦਾ ਚੰਗੇ ਪਿੰਡ ਦਾ ਚੱਪਲਾਂ ਨਾਲ ਨੀ ਕਹੇ ਕੌਣ ਤੂੰ ਕਦੇ ਕਾ ਵਧੀਆ ਮੈਡਮਾਂ ਤੇ ਮਾਸਟਰਾਂ ਚੱਕ ਕੇ ਵੀ ਟੱਪ ਜਾਂਦੇ ਆ ਗੱਲ ਕਰਨ ਵਾਲੀ ਗਲਤ ਗੱਲ ਹੈ ਹੋਰ ਲਾਜ਼ਮੀ ਬਾਕੀ ਸਕੂਲ ਦੇ ਬਾਹਰ ਕੇ ਬਾਹਰੋਂ ਮਾਸਟਰ ਮੈਡਮਾਂ ਦੇ ਉਹ ਕੀ ਆਖਣੀ ਪਿੰਡ ਮਰਿਆ ਝਾਕ ਝਾਕ ਚ ਫਿਰ ਪਾਣੀ ਖੜਾ ਤੇ ਬਿਮਾਰੀ ਦਾ ਘਰ ਕੋਲੇ ਘਰ ਆਉਂਦਾ 10 ਬੰਦੇ ਇਕੱਠੇ ਹੋ ਜਾਓ ਕਹਿ ਮੈਂ ਜਿਉਂ ਚੁਕਾਇਆ ਫਿਰ ਤੜਕੇ ਕਹਿ ਦੂ ਬਾਜੀ ਕੱਢੂ ਬੜਾ ਚੰਗਾ ਤੇਰੀ ਸੋਮਵਾਰ ਬੜੇ ਸ਼ੌਂਕ ਨਾਲ ਪਾਲਿਆ ਕਬੂਤਰ ਇੱਥੇ ਲੋੜੇ ਨਾਲ ਬੰਨਿਆ ਛੱਡ ਕੇ ਰੱਖਦੇ ਫਿਰ ਮੁੰਡੇ ਨੇ ਰੱਖਿਆ ਛੋਟੂ ਦੇ ਨੂੰ ਨਾ ਨਾ ਮੈਂ ਨੀ ਦਿੰਦਾ ਕਬੂਤਰ ਕਾਹਦਾ ਨੀ ਦਿੰਦਾ ਤੁਹਾਡੇ ਵਰਗੇ ਨੰਗ ਬੰਦੇ ਰੱਖਣਗੇ ਸਾਰਾ ਦਿਨ ਛੱਡਦੇ ਇੱਥੇ ਭੈਣ ਜੀ ਆਉਣਾ ਤੁਹਾਡੇ ਕੋਲ ਹੈਗੇ ਇੱਥੇ ਕੀ ਲੈਣਾ ਪਿੰਡ ਬੱਪੀਆਂ ਨੇ ਤੋਂ ਮਹਿਸ ਜੋਤੇ ਚੰਗੀ ਬਾਪੇ ਨੂੰ ਪੁੱਛ ਲਾ ਉਹ ਖੜੀ ਮਹਿਸ ਦੇਖ ਜਾ ਕੇ ਤਾਂ ਹੀ ਇਹ ਕਹਿੰਦਾ ਹੋਇਆ ਨਾਮ ਹੀ ਬੜਾ ਚਿੱਟਾ
ਰੋਡ ਥੱਲੇ ਰਹਿ ਜਾਣਗੇ, ਕਣਕ ਚੁੱਕ ਜਾਣਗੇ। ਉਹ ਭਈਆ ਬਦਾਮਾਂ ਦੀ ਬੋਰੀ ਅੰਦਰ ਜਾ ਕੇ ਦੇਖ, ਉਹ ਕਿਹੜਾ ਪਿਆ ਬਦਾਮ, ਉਹ ਤਾਂ ਗਾਈ ਵਾਸਤੇ ਉਹ ਹੈ ਜੀ, ਇਹਨਾਂ ਦੀ ਫੀਡ ਜੀ ਯਾਰ। ਕਨਾਲ ਦੀ ਸਰੋਂ ਸੀ, ਚਾਰ ਪੰਜ ਬੱਚੇ ਸਾਰੀ ਚਾਰਤੀ, ਤੇਰੀ ਭੈਣ ਦਾ ਫੁੱਦਾ ਚਾਰਤੀ। ਕਿਉਂ ਭੈਣ ਦਾ? ਤੈਨੂੰ ਦੱਸਾਂ, ਮੈਂ ਆਖੇ ਇਹਨਾਂ ਨੂੰ ਦਵਾਈ ਦਵਾਈ ਫੰਗਾਂ ਚੋਂ ਤੇਲ ਛਿਮਿਆ ਕਰੇ। ਅੱਛਾ, ਤੇ ਤੇਲ ਹੀ ਕੱਢ ਲੈਂਦੇ, ਅੱਠ ਗਿੱਲੇ ਹੋ ਜਾ ਕਰਨ ਮਗਾ ਪੰਜੇ ਦੇ ਪਾ ਇਹਨਾਂ ਨੂੰ। ਹੂੰ, ਫੇਰ ਘਟਾਈ ਕਹੇ, ਮੈਂ ਵੀ ਸੁਣਿਆ ਸੀ ਕਿਸ ਤੋਂ, ਪਤਾ ਨਹੀਂ ਹੁਣ ਆਵਲੀ ਭੰਗੇ ਵੇਚ ਨਾ ਦਿੱਤੀ ਹੋਵੇ ਨੇ। ਉਹ ਖਜ਼ਾਕ ਬਥੇਰੀ ਪਾਈ ਆ, ਕਬੂਤਰ ਖੁੱਡੇ ਚੋਂ ਨਹੀਂ ਨਿਕਲਦੇ, ਭੁੱਖੇ ਮਰੀ ਜਾਂਦੇ ਆ। ਦੱਸ ਮੈਨੂੰ, ਸਾਰਿਆਂ ਤੋਂ ਟੌਪ ਦੀ ਬਾਜੀ ਕਿਹੜਾ ਜਿੱਤਿਆ ਉਹਦੇ? ਆਹ ਸੀ ਮੇਰੇ ਕੋਲੇ ਆ, ਇੱਕ ਹੈ ਇੱਧਰ ਆ। ਓਏ ਯਾਰ ਗੱਲ ਕਰ ਲੈਣ ਜੇ ਕੋਈ, ਉਹ ਤਾਂ ਹੋਰ ਹੀ ਮਰ ਜਾਂਦਾ ਯਾਰ, ਪਾਦੇ ਤੋਂ ਪਛਤਾਇਆ ਉਹਨੂੰ ਲੌੜੇ ਦਾ ਪਤਾ ਕੀ। ਕੋਈ ਵੱਡੀ ਬਾਜੀ ਦੱਸ, ਕਪੈਨ ਜੁੱਤੀ ਇੱਕ ਨੇ, ਤੇਰੀ ਭੈਣ ਮੱਛਾ ਜੀ, ਹਾਂ ਕਪੈਨ, ਹਾਂ ਹਾਂ ਮਾੜੀ ਮੋਟੀ ਗੱਲ ਹੈ, ਬਾਹਰ ਨਹੁਰੇ ਚ ਬਾਹਰ ਚੱਲਦੀ ਐਮ ਪੀ, ਇੱਥੇ ਚਲਾਈ ਨੀ ਆਪਾਂ ਕਦੇ, ਇੱਥੇ ਨੀ ਪੈਸੇ ਕੋਈ ਦਿੰਦਾ ਤੇਰੇ ਵਰਗਾ ਵੜਾ ਕੇ, ਮੁੜ ਕਿੱਲਾ ਹੁੰਦਾ ਕਹਿ ਜਾਂਦਾ ਛੀਕ ਨਾਲ ਹੀ ਹੈ। ਸਹੀ ਗੱਲ ਹੈ, ਬਾਹਰ ਹੀ ਲੋਟ ਹੈ ਨਾ, ਹਾਂ ਬਾਹਰ ਜਿਹੜੇ ਨੇ ਕਪੈਨ ਜੁੱਤੀ ਹੈ ਨਾ, ਹਾਂ ਕੱਲਾ ਰਹਿ ਗਿਆ, ਕੱਲਾ ਕੱਲਾ, ਤੇ ਹਾਂ ਉਦੋਂ ਬਾਅਦ ਜਦੋਂ ਲਾਹਿਆ ਉਹ ਕਹਿੰਦੇ ਲਾਓ ਕਬੂਤਰ ਤਾਂ ਅੱਧੀ ਰਾਤ ਤੁਹਾਡੇ ਕਬੂਤਰ ਜ਼ਿਆਦਾ ਦੇਣੇ ਆ, ਉਹ ਕਬੂਤਰ ਲੈਣੇ, ਨਸ਼ਾ ਖੜ ਗਿਆ ਬਣਿਆ ਵੀ, ਹਾਂ ਉੱਥੇ ਖੜਿਆ ਆ ਉਹਨੇ, ਲੰਗੀ ਜਾਂਦੇ ਮਿੱਟੀ ਲਾ ਲਓ। ਅੱਛਾ, ਤੈਨੂੰ ਆਪਣੇ ਪਿੰਡ ਦੇ ਨੀ ਪਤਾ ਵੀ ਕੀ? ਆਪਣੇ ਤਾਂ ਦੇਖ, ਆਹੀ ਤਾਂ ਫਿਰ ਰੌਲਾ ਹੈ, ਮੁੱਦਾ ਠਾਵਾਂਗੇ, ਹਜੇ ਕੀ ਲੋੜ ਹੈ? ਨਾ ਨਾ, ਆਪਾਂ ਤਾਂ ਪਤਾ ਹੀ ਨਹੀਂ, ਜਦੋਂ ਖਬਰਾਂ ਲੱਗ ਗਈਆਂ ਟੈਲੀਵਿਜ਼ਨ ਚ ਉਦੋਂ ਉਠਾਇਓ। ਹੋਰ ਦੱਸਦਾ ਤੈਨੂੰ, ਸਾਨੂੰ ਰਾਹ ਚੱਕਰ ਕੇ ਮਕਾਨ ਦੇ ਕਿਤਾਂ ਦਲ ਛੇ ਪਿਆਲਾ, ਅੱਛਾ ਇੱਕ ਤੇਰਾ ਮੁਖਤਿਆਰ ਪਿਆਲਾ, ਦੂਜਾ ਉਹ ਡਾਕਟਰ ਨੀ, ਹਾਂ ਉਹ ਟੱਕਰਿਆ ਮੁੰਡਾ। ਅੱਛਾ, ਦਾਰੂ ਪੀਤੀ ਸੀ, ਸਿਆਣੇ ਬਣੀ ਜਾਂਦੇ ਆ, ਅਸੀਂ ਆਖਿਆ ਕਦੇ ਕੀ ਹੁੰਦਾ, ਕਦੇ ਅੱਛਾ ਸਾਨੂੰ ਕਦੇ ਕਿੱਦਾਂ ਠੇਕੇ ਮੂਹਰੇ ਚੱਕ ਲਿਆ ਤੁਸੀਂ, ਬਸ ਮੈਂ ਦੂਜੇ ਨੂੰ ਕਹਿਣਾ ਸੌਖਾ ਹੈ, ਉਹ ਅਸੀਂ ਤਾਰੇ ਮੈਂ ਨਸ਼ਾ ਕਰਦੇ ਤੁਸੀਂ ਚੋਰੀਓ, ਆਥਣ ਦਾ ਕੀ ਆ, ਆਪਾਂ ਮਾੜਾ ਸਾਹਮਣੇ ਕਰ ਲੈਣੇ, ਚੋਰੀਓ ਮਾਰਦੇ ਬਾਹਰ ਦੁਨੀਆਂ ਸ਼ਹਾਰ ਹੈ, ਹਾਂ ਇਹਨਾਂ ਨੂੰ ਕਹਿੰਦਾ ਤੁਸੀਂ ਪਤਾ ਹੈ, ਇਹਨਾਂ ਨੂੰ ਇਹ ਗਾਲਾਂ ਦੇ ਕੇ ਆਉਂਦੇ ਆ, ਮੂੰਹ ਕੇ ਸਾਰੇ ਕਮਨੇ ਮੋਢੀਆਂ ਸਾਰੇ, ਤੇ ਆ ਪਾਣੀ ਨਹੀਂ ਕਰਦੀ ਦਾ ਸਾਨੂੰ ਕਹਾ, ਹਾਂ ਅਬੇ ਆਪਾਂ ਕੀ ਲੈਣਾ, ਹਾਂ ਬਸ ਕਹਦੇ ਆਪਾਂ ਕੀ ਲੈਣਾ, ਫਾਹੀ ਦਾ ਆਪਾਂ ਕੀ ਲੈਣਾ, ਮਗਾ ਭਰਾਵਾ ਚੱਲ ਮਰਜੀ ਹੈ ਛੋਟੀ, ਇਹ ਦੋਰੇ ਨੇ ਬਹੁਤ ਖਿੱਚੇ, ਅੱਛਾ ਬਾਹਾਂ ਛੜਾ ਕੇ ਭੱਜ ਗਏ ਕਿ ਸਾਨੂੰ ਕੰਮ ਜਾਣੇ ਜਾਣੇ ਘਰੇ ਜਾਣੇ ਲੈ, ਹਾਂ ਮੋਸ਼ ਕਮਾ ਜੇ ਨਹੀਂ ਚਾਹ ਹੋਏ, ਲੈ ਛੜਾ ਦੇ ਜੋੜੀ ਦੇ ਦੇ ਉਹਨਾਂ ਚੋਂ, ਓਏ ਕਿਉਂ ਦੇਵਾ ਜੋੜੀ, ਹੈ ਅੰਦਰ ਵੜ ਕੇ ਦੇਵਾ, ਲੈ ਤਾਂ ਅੱਛੀ ਲਊਂ ਜੇ ਕੁਛ, ਇਹਦੀ ਗੱਲ ਕਰਦਾ ਮੈਂ, ਹੈ
ਉਹ ਤਾਂ ਪੁੱਛ ਲੈ ਨੂੰ ਮਤਲਬ ਵੀ ਕੋਈ ਚਾਹੇ ਤੋ ਲੈ ਜਾ ਪਿੰਜ ਦਾ ਫਿਰ ਤੈਨੂੰ ਕੁੰਡੇ ਨੂੰ ਹੱਥ ਪਾ ਲਾ ਕੁੰਡੇ ਨੂੰ ਹੱਥ ਪਾ ਲਾ ਨਾਲੇ ਆਇਆ ਦਿਖਾ ਦੇ ਨਿੱਕ ਦਾ ਜਦੋਂ ਅਸੀਂ ਆਪ ਚੱਕਾਂਗੇ ਉਹ ਚੱਕ ਲਾ ਜਦੋਂ ਦੂਜਾ ਆਪ ਕਿਵੇਂ ਚੱਕਿਆ ਸਾਲਾ ਲੱਗਦਾ ਖੁੱਡੇ ਚ ਨਾ ਵੜਜੀ ਓਹੋ ਜਦ ਕਿਉਂ ਦਿਖਾਈ ਯਾਰ ਪਾਲਿਆ ਨੂੰ ਜਿੱਤੀ ਆ ਜਿੱਤ ਗਿਆ ਕੀ ਹੋ ਖੰਭ ਵੀ ਨੀ ਦਿੰਦਾ ਕਬੂਤਰ ਦਾ ਤੂੰ ਕਬੂਤਰ ਪਾਲਦਾ ਮੁੰਡੇ ਨੂੰ ਕੀ ਪਤਾ ਦੇਖ ਚੱਲ ਅੰਦਰ ਵਾੜਾ ਪਾਲਿਆ ਕਬੂਤਰ ਨੂੰ ਕੁਝ ਪੈਣ ਦਿਖਾ ਜੇ ਬੇਨੀਤੇ ਬੰਦੇ ਮੁੜ ਕੇ ਕਬੂਤਰ ਨੀ ਉੱਡਣਾ ਕੁਝ ਪੈਣ ਦਿਖਾਈ ਕਹਿੰਦੀ ਨੇ ਨਾ ਨਾ ਕਪੈਣ ਨੀ ਦਿਖਾਉਂਦਾ ਮੈਂ ਉਹ ਕੁਝ ਪੈਣ ਨਾਲ ਦਿਖਾ ਤੇ ਇੱਕ ਤਾਂ ਦੇ ਦੇ ਫਿਰ ਪਾਲਿਆ ਜਦਾਂ ਐ ਕੋ ਕਰਦਾ ਓਏ ਹੈ ਨੀ ਵੀ ਧੀ ਦੇ ਜਾਂਦਾ ਕਮਲੀ ਬੰਡਾ ਐਡੂ ਵੱਡੀ ਚੀਜ਼ ਨਹੀਂ ਜਿੱਥੇ ਕੋਈ ਕਿਹਦਾ ਇਹ ਐਡੂ ਵੱਡਾ ਤੂੰ ਮਚੋ ਹੋਰ ਸੁਣ ਕੀ ਹੋਊ ਐਡੂ ਵੱਡੀ ਇਹ ਕਿਹਦਾ ਪਾਲਿਆ ਕੁਝ ਪੈਣ ਜਿੱਤੀਆਂ ਜਾ ਜਿੱਤੇ ਖੜ ਜਾ ਹਾਂ ਦੇਖ ਬਾਬਾ ਓਏ ਇਹ ਲਾ ਰੱਤਾ ਦੇਖ ਦਿਖਾ ਤਾ ਜਿਹੜੇ ਜਿੱਤੀ ਇੱਕ ਪੈਣ ਅੱਛਾ ਜੀ ਹਾਂ ਤੂੰ ਦੇਖ ਲਾ ਚੱਲ ਕਬੂਤਰ ਚੱਲ ਦਵਾ ਦੇ ਕਬੂਤਰ ਬੱਚਾ ਦੇ ਦੂ ਯਾਰ ਕਬੂਤਰੀ ਨਾਲ ਮਿਲੇ ਤੂੰ ਕਬੂਤਰੀ ਛੱਡ ਜਾ ਬੱਚੇ ਸਾਜੇ ਅੱਧੋ ਅੱਧ
ਕਬੂਤਰੀ ਬਣ ਦੇਵਾਂਗੇ ਤੇ ਫੇਰ ਹੀ ਮਿਲੂਗਾ ਧੱਕੇ ਨਾਲ ਫੇਰ ਮਿਲਾਂਗੇ ਤਾਂ ਉਹ ਧੱਕੇ ਨਾਲ ਪਹਿਲੀ ਕਰਦਾ ਸੀ ਮੈਂ ਤੈਨੂੰ ਸਹੀ ਗੱਲ ਦੱਸਾਂ ਇੱਕ ਵਾਰੀ ਲਵਾਈ ਦਾ ਅਸੀਂ ਲੱਖ ਰੁਪਇਆ ਲੈਨੇ ਆ ਸਤਾਈ ਲੱਖ ਦੀ ਕੰਪੈਨ ਆਪਦੀ ਚਲਾਈ ਕੰਧ ਤੇ ਮਜੇ ਕਰਦੇ ਨੇ ਕੋਲ ਹੈਗਾ ਉਹ ਯਾਰ ਤੂੰ ਤਾਂ ਪਿਓ ਪੁੱਤਾਂ ਕੋਲੇ ਨਾ ਸੰਗ ਨਾ ਸ਼ਰਮ ਝੇੜਾ ਯਾਰ ਕੁਛ ਨੀ ਗੱਲ ਕਰੋ ਯਾਰ ਤੇ ਹੋਰ ਫਿਰ ਕੀ ਕਹਿ ਦਈਏ ਤੈਨੂੰ ਵਾਈਏ 50 ਫਿਰ ਦੇ ਯਾਰ ਬੰਡ ਚਲੇਣੀ ਚੁੰਝਕ ਦੇ ਦਿਓ ਇਹਨੂੰ ਯਾਰ ਉਹ ਯਾਰ ਅੱਡੇ ਅੱਡੇ ਨਸਲਾਂ ਬਣਾਈ ਜਾਂਦੇ ਅਸੀਂ ਸਾਡੀ ਬਾਜੀ ਆ ਗਈ ਉੱਤੇ ਇੱਕ ਪਾਕਿਸਤਾਨੀ ਆ ਇੱਕ ਜਰਮਨੀ ਆ ਐ ਨਸਲਾਂ ਬਣੀਆਂ ਹੋਈਆਂ ਅੱਛਾ ਬਾਹਰ ਦੇ ਆ ਬਾਹਰ ਦੇ ਉੱਧਰ ਫਿਰ ਵੀ ਮੰਨ ਲੈ ਜਹਾਜ਼ ਤੇ ਜਾ ਕੇ ਬਾਜੀ ਛੱਡ ਕੇ ਉਹਨੂੰ ਹੈ ਜਹਾਜ਼ ਤੇ ਕਿ ਉੱਥੋਂ ਲਿਆਂਦੇ ਆ ਯਾਰ ਜਹਾਜ਼ ਤੇ ਜਾਂਦੇ ਠੀਕ ਆ ਮੈਂ ਕਿਹਾ ਕੀ ਆ ਬਾਹਰ ਬਾਜੀਆਂ ਛੱਡ ਉੱਥੋਂ ਲਿਆਂਦੇ ਆ ਲਿਆਂਦੇ ਅੱਛਾ ਉੱਥੋਂ ਲਿਆਂਦੇ ਆ ਲਿਆਂਦੇ ਠੀਕ ਆ ਕਾਤੇ ਲਿਆਏ ਫਿਰ ਹੈ ਕਾਤੇ ਲਿਆਏ ਆ ਮੁੰਡਾ ਫੜਾ ਕੇ ਗਿਆ ਸਾਨੂੰ ਆਰਡਰ ਕੀਤਾ ਸੀਗਾ ਅੱਛਾ ਅੱਛਾ ਆਰਡਰ ਕਿੰਨੇ ਦਾ ਕਰਿਆ ਸੀ ਹਾਂ ਫੜਾ ਜਾਂਦੇ ਆ ਆਰਡਰ ਕਿੰਨੇ ਦਾ ਕਰਿਆ ਸੀ ਬਾਈ ਉੱਡ ਕੇ ਨਹੀਂ ਆ ਸਕਦਾ ਕਬੂਤਰ ਉੱਡ ਕੇ ਏਡੀ ਦੂਰੋਂ ਕਿਵੇਂ ਆਊ ਯਾਰ ਐ ਸਿੱਧਾ ਜਿਹਾ ਕਰਕੇ ਛੱਡ ਦੇ ਵੀ ਚੱਲ ਵੀ ਹੋਰ ਐ ਜਹਾਜ਼ ਆ ਉਹ ਭੈਣ ਦੀ ਬੁੱਧੀ ਵੀ ਐ ਸਿੱਧਾ ਕਰਕੇ ਛੱਡ ਦੇ ਹੈ ਅੱਛਾ ਜਹਾਜ਼ ਰਾਹੀਂ ਹੈ ਤਾਇਆ ਉੱਧਰ ਕਿੰਨੇ ਦਾ ਕਰਿਆ ਸੀ ਨੀ ਪੈਸੇ ਪੁੱਛ ਲਾ ਆਪਾਂ ਉੱਧਰ ਕਿੰਨੇ ਦਾ ਕਰਿਆ ਸੀ ਅਸੀਂ 50,000 ਚ ਕਰਿਆ ਸੀ 50,000 50,000 ਤਾਂ ਬੰਦੇ ਹੀ ਵਗ ਜੇ ਵਗਦਾ ਜਾਵੇ ਬਾਪੂ ਕਦੇ ਪਾਣੀ ਦਿੱਤੇ ਨਹੀਂ ਭੈਣ ਕੀ ਪਤਾ ਸੱਚਾ ਕਿ ਗੱਪ ਆ ਯਾਰ ਕੀ ਆਖੀ ਇਹਨੇ ਉਹ ਪੀ ਲਾ ਗਿਆ ਇਹ ਕਹਿੰਦਾ ਇਹ ਪਾਲਾ ਚੰਗਾ ਮੁੰਡਾ ਕਹਿੰਦਾ ਇਹ ਦੇ ਦੂ ਕਬੂਤਰੇ ਨਹੀਂ ਜਵਾਬ ਹਾਂ ਕਬੂਤਰ ਤੁਹਾਨੂੰ ਦੇ ਦਾਂਗੇ ਜਮਾ ਨੁੱਕ ਪੈਣ ਸੱਚੋ ਜੁੱਤੀ ਕੇ ਜੁੱਤੀ ਹੈ ਯਾਰ ਬਾਬਾ ਤੁਹਾਡੇ ਕੋਲ ਝੂਠ ਮਾਰਾਂਗੇ ਹੋਰ ਫਿਰ ਤਾਂ ਦੇ ਯਾਰ ਸਾਡਾ ਕਢਾ ਕੰਮ ਯਾਰ ਤੂੜੀ ਵਾਲੀ ਜਿੱਤ ਲਈ ਛੇ ਪੜੀ ਯਾਰ ਤੂੜੀ ਵਾਲੀ ਜਿੱਤ ਲਾਂਗੇ ਸਾਈਕਲ ਵਾਲਾ ਦੇ ਹਾਂ ਸਾਈਕਲ ਵਾਲਾ ਚੱਲ ਖਰਾਖ ਪਾਣੀ ਸਕੂਟਰ ਜਿੱਤੀ ਫਿਰ ਉਹ ਤਾਂ ਯਾਰ ਸਾਈਕਲ ਹੀ ਜਿੱਤੂ ਨਹੀਂ ਨਹੀਂ ਮੋਟਰ ਸਾਈਕਲ ਕੰਜੇ ਦੇ ਛੋਟੀ ਸੋਚ ਰੱਖ ਵੱਡੀ ਨਾ ਤੂੰ ਐ ਮੰਨ ਗੱਲ ਯਾਰ ਇਹਨੇ ਬਾਜੀ ਛੱਡੀ ਅੱਜ ਤੋਂ ਪਹਿਲਾਂ ਸਾਲ 2 ਸਾਲ ਸਾਈਕਲ ਜਿੱਤਿਆ ਹੁਣ ਵੱਡਾ ਹੋ ਗਿਆ ਮੋਟਰਸਾਈਕਲ ਜਿੱਤ ਲੂ ਜਦੋਂ ਉਦੋਂ ਵੱਡਾ ਹੋ ਗਿਆ ਮਤਲਬ ਵੀ ਭੂੰਜੀ ਮੱਛਾਂ ਵਾਲੀ ਜਿਹੜੀ ਚੜਾਉਣੀ ਆ ਉਹ ਜਿੱਤ ਲੂ ਉਦੋਂ ਵੱਡਾ ਹੋ ਗਿਆ ਫੋਰ ਵੀਲਰ ਫਿਰ ਟਰੱਕ ਐ ਵੱਡਾ ਹੋਈ ਜੋ ਵੱਡੀਆਂ ਚੀਜ਼ਾਂ ਐਂ ਹੁੰਦੀ ਆ ਗੱਲ ਐਂ ਗੱਲ ਹੁੰਦੀ ਆ ਇਹ ਜਿਉਂ ਜਿਉਂ ਵੱਡਾ ਉਹ ਵੱਡੀਆਂ ਚੀਜ਼ਾਂ ਲਿਆਊ ਜਿਵੇਂ ਹੁਣ ਕਪੈਣ ਵਾਲਾ ਉਹ ਉਦੋਂ ਵੱਡੀ ਲਿਆਊਗਾ ਉਹਨੂੰ ਕਬੂਤਰਾਂ ਦੀ ਕਬੂਤਰਾਂ ਨਾਲ ਸੀ ਗੱਲ ਜਿਹੜਾ ਕੁੱਤਾ ਇਹ ਅਮੈਰੀਕਾ ਚੋਂ ਲਿਆਂਦਾ ਅੱਛਾ ਜੀ ਹਾਂ ਕੁੱਤਾ ਬਾਹਰੋਂ ਹਾਂ ਬਾਹਰੋਂ ਇਹ ਕੀ ਕੰਮ ਕਰਦਾ ਬਸ ਦੱਸਦਾ ਬੰਦੇ ਦੀ ਪੈੜ ਚਾਲ ਵੀ ਕਬੂਤਰ ਲੈਣ ਆਇਆ ਕੋਈ ਹਾਂ ਇਹ ਸਪੈਸ਼ਲ ਖੁੱਡੇ ਕੋਲੇ ਬੰਨਿਆ ਹੋਇਆ
ਮੈਨੂੰ ਲੱਗਦਾ ਕਬੂਤਰ ਹੀ ਖਾਈ ਜਾਂਦਾ ਬਾਹਰ ਦਾ, ਫਿਰ ਦੇਖ ਲਾ ਯਾਰ ਇਹ ਵੀ ਚੀਜ਼ ਬਾਹਰ ਦੀ ਯਾਰ ਇਹਦਾ ਸਾਰਾ ਕੁਛ ਹੀ ਫਿਰ ਹੀ ਖਾਂਦਾ ਪੀਂਦਾ ਕੀ ਆ ਵੀ 3 ਲੱਖ 'ਚ ਬਾਹਰੋਂ ਲਿਆਂਦਾ ਸੀ 3 ਲੱਖ 'ਚ। ਅੱਛਾ ਜੀ, ਤੇ ਭਾਪੇ ਨੇ ਤੇ ਤੂੰ ਕਦੇ 3 ਲੱਖ ਗਿਣੇ ਹੱਥ ਨਾਲ ਆਪਦੇ? ਹਾਂ। ਅੱਛਾ, ਗਿਣਿਆ ਗਿਣਿਆ ਖਾਸਾ ਹੋ ਜਾਂਦਾ? 7 ਲੱਖ ਦੇ ਮੈਂ ਵੇਚਦੀ ਸੀ ਅਸੀਂ, ਨਦੀ ਰਾਤ ਫਿਰਦੇ ਆ। ਲੈ ਤੈਨੂੰ ਕਹਿਤਾ ਮੂੰਹ ਤੇ ਹੁਣ ਆਪਦਾ ਲੈ ਜੀ ਆ ਕੇ। ਠੀਕ ਆ, ਬਾਹਰ ਭੇੜ ਜਾ ਆਪੇ। ਠੀਕ ਆ ਚੰਗਾ, ਆਪੇ ਮੈਂ ਡਾ ਦੂੰ ਕੀੜਾ ਦੇਗਾ ਤੂੰ ਕੰਮ ਪਾ ਮੇਰਾ ਬਚਾ ਲੋ ਤੈ ਮਾਪੇ ਜਾਈ ਤੈ ਘਰ ਨੂੰ ਜਾਣੇ ਆ, ਪਰ ਥੱਕੇ ਪਏ 3 ਦਿਨ ਉਹ ਖੇਤ ਸੀ। 3 ਦਿਨ ਹੋ ਗਏ ਭੁੱਕੀ ਲੈਣੀ ਗਈ। ਨਾ ਖੇਤ ਸੀ, ਇੱਥੇ ਜਾਣੇ ਆ ਘਰ ਨੂੰ। ਆ ਸਕੂਟਰ ਅੰਦਰ ਲਾ ਲਾ, 5 ਦਿਨ ਸੋਚੇ ਜਾ। ਨਾ ਨਾ ਚਾਬੀ ਨੀ ਹੈਗੀ, ਤਾਂ ਆਪੇ ਲੈ ਚੱਲ ਦੇ ਮੈਨੂੰ। ਗੱਲ ਸਹੀ ਆ, ਦੋਨੇ ਜੱਕੇ ਸੀ। ਪੰਪ ਬਥੇਰੇ ਮਾਰੇ ਗੱਲ ਸਹੀ ਆ। ਕਹਿੰਦਾ ਉੱਥੇ ਵੱਜਿਆ ਐਮਪੀ, ਕਹਿੰਦਾ ਐਮਪੀ ਕਦੇ ਉਨੀ ਗਏ ਹੋਣੇ ਮੁਸਕੇ। ਕਹਿੰਦਾ ਕਹਿੰਦਾ ਦਿਖਾਈਏ ਚੱਜ ਕੇ ਤੈਨੂੰ, ਦਿਖਾਈਏ। ਪਹਿਲਾਂ ਤਾਂ ਮੈਂ ਕਹਿੰਦਾ ਸੀ ਉਹਨੂੰ ਵੀ ਐਂ, ਕਹਿੰਦਾ ਉਹਦੇ ਫੰਗ ਲੱਗੇ ਵੀ ਅੱਜ ਚੱਜ ਕੇ ਨੂੰ ਘਰੇ ਆ ਜਾਂਦੀ ਆ। ਗੱਪ ਹੀ ਵੱਡੇ ਮਾਰਦੇ ਜਾਂਦਾ ਕੱਲ, ਕੰਮ ਹੀ ਗੱਪਾਂ ਚ ਰਹਿ ਗਿਆ ਭਰਾਵਾ।